ਕਿੱਥੇ ਪੜ੍ਹਦੇ ਕਿੱਥੇ ਹੋ ਤੁਸੀਂ? ਬਾਬਾ ਸ਼੍ਰੀ ਚੰਦ ਕਲੋਨੀ। ਕਿਹੜੀ ਕਲਾਸ 'ਚ ਪੜ੍ਹਦਾ ਤੂੰ? ਪੰਜਵੀਂ 'ਚ। ਸਰਕਾਰੀ ਸਕੂਲ ਹੈ? ਅੱਛਾ, ਤੂੰ ਕਿੱਥੇ ਪੜ੍ਹਦਾ ਬਤਾ? ਤੂੰ ਕਿਹੜੀ ਕਲਾਸ 'ਚ ਪੜ੍ਹਦਾ? ਹੈਂ, ਤੇ ਆਹ ਕੀ ਕੰਮ ਕਰਦੇ ਪਏ ਹੋ? ਕੀ ਕਰਦੇ ਪਏ ਹੋ? ਇਹ ਕੂੜਾ ਚੱਕਣ ਨੂੰ ਕਿਹਨੇ ਕਿਹਾ ਤੁਹਾਨੂੰ? ਮੈਡਮ ਨੇ ਕਿਹਾ, ਸਕੂਲ ਦੀ ਮੈਡਮ ਨੇ। ਕੀ ਕਹਿੰਦੀ? ਇਹ ਕੂੜਾ ਚੱਕ ਕੇ ਸੁੱਟ ਗਿਆ ਇਹ, ਹੈਂ, ਟਿੱਬਿਆਂ ਚ ਇਹਨੂੰ ਸੁੱਟ ਗਿਆ ਤੇ ਤੁਸੀਂ ਇਹ ਕੂੜਾ ਸੁੱਟਦੇ ਪਏ ਹੋ ਤੇ ਘਰੋਂ ਤੁਸੀਂ ਸਕੂਲ ਆਏ ਹੋਏ ਹੋ? ਤੁਸੀਂ ਇਸ ਵੇਲੇ ਪੜ੍ਹਾਈ ਦਾ ਟਾਈਮ ਹੈ ਤੁਹਾਡਾ ਤੇ ਮੈਡਮ ਤੁਹਾਨੂੰ ਕਹਿ ਰਹੀ ਹੈ ਕੂੜਾ ਸੁੱਟੋ ਤੇ ਸਕੂਲ ਕਿੱਥੇ ਹੈ ਤੁਹਾਡਾ? ਬਾਬਾ ਸ਼੍ਰੀ ਚੰਦ ਕਲੋਨੀ। ਓਕੇ ਬੇਟਾ, ਤੁਸੀਂ ਰਹਿੰਦੇ ਕਿੱਥੇ ਹੋ? ਰਹਿੰਦੇ ਕਿੱਥੇ ਹੋ? ਨਹੀਂ ਬੇਟਾ, ਤੇਰਾ ਘਰ ਕਿੱਥੇ ਹੈ? ਇੱਧਰ ਨੂੰ ਹੈ। ਤੇਰਾ ਘਰ ਕਿੱਥੇ ਬੇਟਾ? ਹਾਂ, ਕਿੱਥੇ ਬੇਟਾ? ਬਾਬਾ ਸ਼੍ਰੀ ਚੰਦ ਕਲੋਨੀ ਨੂੰ ਜਿਹੜਾ ਰੋਡ ਜਾਂਦਾ। ਓਕੇ ਓਕੇ ਓਕੇ, ਚਲੋ। ਤੇ ਤੁਹਾਡੀ ਮੈਡਮ ਦਾ ਨਾਮ ਕੀ ਹੈ? ਕੀ ਨਾਮ ਹੈ? ਸਵਿਤਾ ਮੈਡਮ। ਠੀਕ ਹੈ ਠੀਕ ਹੈ। ਸਕੂਲ ਸਰਕਾਰੀ ਸਕੂਲ ਜਿਹੜਾ ਸ਼੍ਰੀ ਚੰਦ ਕਲੋਨੀ ਹੈ ਉਹ ਵਾਲਾ? ਠੀਕ ਹੈ ਠੀਕ ਹੈ, ਚਲੋ। ਦੋਸਤੋ, ਇਹ ਹੁਣੇ ਮੈਂ ਇਧਰੋਂ ਨਿਕਲ ਰਿਹਾ ਸੀ। ਇਹ ਸਰਕਾਰੀ ਸਕੂਲ ਹੈ ਇੱਥੇ ਸ਼੍ਰੀ ਚੰਦ ਕਲੋਨੀ। ਇੱਥੇ ਆ ਛੋਟੇ ਛੋਟੇ ਬੱਚਿਆਂ ਨੂੰ, ਤੁਸੀਂ ਦੇਖੋ, ਛੋਟੇ ਛੋਟੇ ਬੱਚਿਆਂ ਨੂੰ ਸਕੂਲ ਦੇ ਟਾਈਮ ਤੇ ਇੱਥੇ ਕੂੜਾ ਚਕਾਇਆ ਜਾ ਰਿਹਾ। ਸਕੂਲ ਦਾ ਕੂੜਾ ਚੱਕ ਕੇ ਅੱਧਾ ਕਿਲੋਮੀਟਰ ਦੂਰ ਛੋਟੇ ਛੋਟੇ ਬੱਚੇ, ਇਹਨਾਂ ਕੋਲੋਂ ਕੂੜਾ ਬਿਲਕੁਲ ਨਹੀਂ ਚੱਕਿਆ ਜਾ ਰਿਹਾ। ਔਰ ਵਿਚਾਰੇ ਰੁਕ ਰੁਕ ਕੇ, ਥੋੜੀ ਥੋੜੀ ਦੂਰ ਜਾ ਕੇ ਰੁਕ ਕੇ ਸਾਹ ਲੈ ਕੇ ਉਸ ਤੋਂ ਬਾਅਦ ਫਿਰ ਕੂੜਾ ਚੱਕ ਕੇ ਅੱਗੇ ਲੈ ਕੇ ਜਾ ਰਿਹਾ। ਇਹ ਦੇਖੋ ਕੂੜੇ ਦੇ ਹਾਲਾਤ। ਇਹ ਸਾਰੇ ਸਕੂਲ ਦੀ ਸਫਾਈ ਬੱਚਿਆਂ ਕੋਲੋਂ ਕਰਵਾ ਕੇ ਅੱਧਾ ਕਿਲੋਮੀਟਰ ਦੂਰੋਂ ਬੱਚਿਆਂ ਕੋਲੋਂ ਮੈਡਮ ਸਵਿਤਾ ਮੈਡਮ ਕੂੜਾ ਚੁਕਾ ਕੇ, ਸਰਕਾਰੀ ਸਕੂਲ ਦੀ ਮੈਡਮ ਛੋਟੇ ਛੋਟੇ ਬੱਚਿਆਂ ਕੋਲੋਂ ਕੂੜਾ ਚੁਕਵਾ ਕੇ ਤੇ ਅੱਧਾ ਕਿਲੋਮੀਟਰ ਦੂਰ ਸਕੂਲ ਤੋਂ ਸੁਟਵਾਉਣ ਨੂੰ ਭੇਜਿਆ ਹੋਇਆ। ਇਹ ਬੱਚਿਆਂ ਦੇ ਛੋਟੇ ਛੋਟਿਆਂ ਦੇ ਤੁਸੀਂ ਹੱਥ ਦੇਖੋ, ਇਹ ਕੀ ਹਾਲ ਹੈ ਬੇਟਾ? ਹੱਥ ਦਿਖਾ ਆਪਣੇ, ਆ ਦਿਖਾ ਬੇਟਾ, ਤੂੰ ਵੀ ਦਿਖਾ। ਆ ਦੇਖੋ ਛੋਟੇ ਛੋਟੇ ਬੱਚਿਆਂ ਦੇ ਹੱਥ, ਇਹਨਾਂ ਦੀ ਯੂਨੀਫਾਰਮ ਦੇਖੋ ਤੁਸੀਂ, ਬਿਲਕੁਲ ਲਿਬੜੀ ਪਈ ਇਸ ਵੇਲੇ ਕੱਟੇ ਦੇ ਨਾਲ, ਬੁਰਾ ਹਾਲ, ਮਿੱਟੀ ਮਿੱਟੀ ਹੋਏ ਦੇ ਬੱਚੇ, ਛੋਟੇ ਛੋਟੇ ਬੱਚੇ ਆ। ਕਿਹੜੀ ਕਲਾਸ 'ਚ ਪੜ੍ਹਦਾ ਬੇਟਾ ਤੂੰ? ਪੰਜਵੀਂ 'ਚ। ਤੂੰ ਕਿਹੜੀ ਕਲਾਸ 'ਚ ਪੜ੍ਹਦਾ? ਤੂੰ ਵੀ ਪੰਜਵੀਂ 'ਚ ਪੜ੍ਹਦਾ? ਓਕੇ। ਮੈਡਮ ਤੁਹਾਡੀ ਸਵਿਤਾ ਮੈਡਮ ਹੈ? ਹੈਂ, ਚਲੋ। ਸ਼੍ਰੀ ਚੰਦ ਕਲੋਨੀ ਜਿਹੜਾ ਸਕੂਲ ਉਹੀ ਹੈ ਨਾ ਮੋਟਰ ਦੇ ਕੋਲ ਜਿਹੜਾ ਹੈਗਾ? ਹੈਂ, ਇੰਨੀ ਦੂਰੋਂ ਆਏ ਹੋ ਤੁਸੀਂ ਕੂੜਾ ਚੱਕਣ? ਇੰਨੀ ਦੂਰੋਂ ਆਏ ਹੋ ਤੁਸੀਂ ਕੂੜਾ ਲੈ ਕੇ ਤੇ ਇੰਨਾ ਇੰਨਾ ਤੁਸੀਂ ਵਜਨ ਕਿਸ ਤਰ੍ਹਾਂ ਚੱਕਦੇ ਪਏ ਹੋ? ਕਿਹੜਾ ਮੁੰਡਾ ਨਾਲ ਆਇਆ ਸੀ? ਅੱਛਾ, ਜੂੜੇ ਵਾਲਾ ਮੁੰਡਾ ਨਾਲ ਆਇਆ ਸੀ, ਉਹ ਚਲਾ ਗਿਆ ਤੇ ਤੇਰੇ ਕੋਲ ਚੱਕਿਆ ਨੀ ਜਾਣ ਡਿਆ? ਕੱਲੇ ਕੋ ਚੱਕ ਕੇ ਦਿਖਾ ਤਾ ਭਲਾ, ਚੁੱਕ ਕੇ ਦਿਖਾ, ਕਿੰਨਾ ਕੁ ਵਜਨ ਆ ਇਹਦਾ? ਉਹ ਤੇਰਾ ਭਲਾ ਹੋ ਜੇ। ਦੋਸਤੋ, ਇਹ ਬੱਚੇ ਦੇ ਵਜਨ ਦੇ ਬਰਾਬਰ ਵਜਨ ਹੈ ਇਸ ਕੂੜੇ ਦਾ, ਜਿਹਦੇ ਵਿੱਚ ਰੇਤ, ਪੱਥਰ ਔਰ ਕਚਰਾ ਭਰਿਆ ਹੋਇਆ। ਛੋਟੇ ਜਿਹੇ ਬੱਚੇ ਨੂੰ ਇਹ ਚੁਕਾਇਆ ਜਾ ਰਿਹਾ। ਦੇਖੋ ਕਿੰਨੀ ਗੰਦਗੀ ਹੈ ਇਹਦੇ ਵਿੱਚ, ਕਿੰਨਾ ਬੁਰਾ ਹਾਲ ਕੀਤਾ ਹੋਇਆ ਛੋਟੇ ਛੋਟੇ ਬੱਚਿਆਂ ਦਾ। ਤੇ ਆਪਾਂ ਇਸ ਚੀਜ਼ ਦਾ ਸੰਗਿਆਨ ਹੁਣੇ ਜ਼ਰੂਰ ਲਵਾਂਗੇ ਇਸ ਚੀਜ਼ ਦਾ। ਮੈਂ ਨਿਕਲਦਾ ਪਿਆ ਸੀ ਇੱਥੋਂ ਤੇ ਮੈਂ ਦੇਖ ਕੇ ਇਹਨਾਂ ਨੂੰ ਆਪਣੀ ਗੱਡੀ ਰੋਕੀ ਹੈ ਔਰ ਰੋਕ ਕੇ ਇਹ ਚੀਜ਼ ਦੀ ਵੀਡੀਓ ਬਣਾਈ ਹੈ ਮੈਂ ਔਰ ਤੁਹਾਡੇ ਸਾਰਿਆਂ ਸਾਹਮਣੇ ਰੱਖੀ ਹੈ। ਤੇ ਹੁਣ ਮੈਂ ਬੱਚਿਆਂ ਨੂੰ ਨਾਲ ਲੈ ਕੇ ਇਸ ਟੀਚਰ ਦੇ ਕੋਲ ਜਾਣ ਡਿਆ ਵਾਂ ਤੇ ਦੇਖਦੇ ਹਾਂ ਟੀਚਰ ਇਹਦਾ ਕੀ ਜਵਾਬ ਦਿੰਦੀ ਹੈ। ਮਿਲਦੇ ਹਾਂ ਦੁਬਾਰਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਿਹੜੇ ਮੈਡਮ, ਕਿਹੜੇ ਇਹਨਾਂ ਦੇ, ਕਿਹੜੇ ਮੈਡਮ? ਸਵਿਤਾ ਮੈਡਮ। ਕਿਹੜੇ ਮੈਡਮ ਨੇ ਕਿਹਾ ਤੁਹਾਨੂੰ? ਕਿਹੜੇ ਮੈਡਮ? ਸਵਿਤਾ ਮੈਡਮ ਕੌਣ ਹੈ ਤੁਹਾਡੇ? ਨਹੀਂ ਨਹੀਂ ਨਹੀਂ, ਕੋਈ ਨੀ ਨੀ, ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ। ਦੋ ਡੱਬੇ ਮੈਨੂੰ ਇੱਕ ਚੀਜ਼ ਦਾ ਤੁਸੀਂ ਦਵਾ ਦਿਓ। ਤੁਹਾਡੀ ਲਾਈਵ ਵੀਡੀਓ ਬਣ ਰਹੀ ਹੈ ਇਸ ਵੇਲੇ, ਤੁਸੀਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ। ਤੁਸੀਂ ਨਿੱਕੇ ਨਿੱਕੇ ਫਿਫਥ ਕਲਾਸ ਦੇ ਸਟੂਡੈਂਟ ਨੂੰ ਇੱਕ ਕਿਲੋਮੀਟਰ ਦੂਰ ਕਚਰਾ ਚੁਕਾ ਕੇ ਭੇਜਦੇ ਪਏ ਹੋ, ਦਸ ਦਸ ਕਿਲੋ ਵਜਨੀ ਬਾਲਟੀਆਂ ਚੱਕ ਕੇ, ਕੀ ਮਤਲਬ ਹੈ ਇਸ ਚੀਜ਼ ਦਾ? ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਤੁਸੀਂ। ਮੈਡਮ ਸਵਿਤਾ, ਮੈਂ ਤੁਹਾਨੂੰ ਹੱਥ ਜੋੜ ਕੇ ਕਹਿ ਰਿਹਾ, ਵਿਦ ਰਿਸਪੈਕਟ ਕਹਿ ਰਿਹਾ, ਮੇਰੇ ਵੱਡੇ ਭੈਣ ਜੀ, ਮੇਰੇ ਵੀਡੀਓ ਨਹੀਂ ਬੰਦ ਹੋਏਗੀ, ਵੀਡੀਓ ਬਿਲਕੁਲ ਨਹੀਂ ਬੰਦ ਹੋਏਗੀ। ਤੁਸੀਂ ਛੋਟੇ ਛੋਟੇ ਬੱਚਿਆਂ ਨਾਲ ਕੀ ਕਰ ਰਹੇ ਹੋ? ਮੈਨੂੰ ਇਸ ਚੀਜ਼ ਦਾ ਜਵਾਬ ਦਿਓ। ਭੈਣ ਜੀ ਦੇਖੋ, ਮੈਂ ਵਿਦ ਰਿਸਪੈਕਟ ਕਹਿ ਰਿਹਾ, ਤੁਸੀਂ ਮੇਰੇ, ਤੁਹਾਡੇ ਪ੍ਰੋਬਲਮ ਤੁਸੀਂ ਆਪ ਚੱਕੋ। ਨੋ 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 ਨੋ, ਤੁਹਾਡੇ ਪ੍ਰੋਬਲਮ ਤੁਸੀਂ ਆਪ ਚੱਕੋ। ਛੋਟੇ ਛੋਟੇ ਫਿਫਥ ਕਲਾਸ ਦੇ ਆ ਬੱਚੇ ਆ, ਇਹਨਾਂ ਦੇ ਹੱਥ ਦੇਖੋ ਛੋਟੇ ਛੋਟਿਆਂ ਦੇ। ਤੁਸੀਂ ਇੱਕ ਕਿਲੋਮੀਟਰ ਦੂਰ ਤੱਕ ਇਸ ਬੱਚਿਆਂ ਤੋਂ ਕਚਰਾ ਚੁਕਾ ਕੇ ਭੇਜਦੇ ਪਏ ਹੋ, ਵਾਏ, ਕੀ ਮਤਲਬ ਹੈ ਇਸ ਚੀਜ਼ ਦਾ? ਤੁਸੀਂ ਪੜ੍ਹੇ ਕਿੰਨਾ ਹੋ ਪਹਿਲੇ ਆ ਦੱਸੋ, ਤੁਸੀਂ ਪੜ੍ਹੇ ਕਿੰਨਾ ਹੋ?
ਤੁਸੀਂ ਪੜ੍ਹੇ ਕਿੰਨਾ ਹੋ? ਸਰ ਮੇਰੀ ਗੱਲ ਤਾਂ ਸੁਣ, ਤੁਹਾਡੇ ਬੱਚੇ ਕਿੱਥੇ ਪੜ੍ਹਦੇ ਪਹਿਲੇ ਆ ਦੱਸੋ, ਤੁਹਾਡੇ ਖੁਦ ਦੇ ਬੱਚੇ ਕਿੱਥੇ ਪੜ੍ਹਦੇ ਆ? ਨਾ 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 ਬਿਲਕੁਲ ਨਹੀਂ ਬੈਠਣਾ, ਬਿਲਕੁਲ ਨਹੀਂ ਬੈਠਣਾ, ਤੁਸੀਂ ਕੀ ਕਰਾ ਕੀ ਰਹੇ ਹੋ ਬੱਚਿਆਂ ਕੋਲੋਂ? ਤੁਸੀਂ 25-25 30-30 ਨੋ ਨੋ, ਤੁਸੀਂ 25-25 30-30 ਹਜ਼ਾਰ ਸੈਲਰੀ ਲੈ ਰਹੇ ਹੋ ਬੱਚਿਆਂ ਨੂੰ ਇੱਥੇ ਪੜ੍ਹਾਉਣ ਦੀ? ਹੈ ਨੋ 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 ਨੋ, ਤੁਸੀਂ ਇਹ ਗੌਰਮੈਂਟ ਇੰਪਲਾਈ ਹੋ, ਤੁਹਾਡਾ ਇੱਥੇ ਤੁਹਾਡੀ ਇੱਥੇ ਡਿਊਟੀ ਹੈ ਬੱਚਿਆਂ ਨੂੰ ਪੜ੍ਹਾਉਣ ਦੀ, ਠੀਕ ਹੈ? ਇੱਕ ਮਿੰਟ ਮੇਰੀ ਗੱਲ ਸੁਣੋ, ਇੱਕ ਮਿੰਟ, ਨੋ 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 ਮੈਡਮ ਮੇਰੀ ਗੱਲ ਸੁਣੋ, ਤੂੰ ਤੁਹਾਡਾ ਕੀ ਮਤਲਬ ਹੈ? ਛੋਟੇ ਬੱਚਿਆਂ ਕੋਲੋਂ ਲੇਬਰ ਕਰਵਾ ਰਹੇ ਹੋ ਤੁਸੀਂ? ਤੁਸੀਂ ਛੋਟੇ ਬੱਚਾ ਨੋ, ਤੁਸੀਂ 4-6 ਜੋ ਮਰਜ਼ੀ ਆ, ਕਿਆ ਇਹ ਬੱਚਿਆਂ ਦੀ ਜੋਬ ਹੈ ਪਹਿਲੇ ਆ ਦੱਸੋ? ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ, ਮੈਂ ਜਿਹੜਾ ਜਿਹੜਾ ਕੁਐਸਚਨ ਮੈਂ ਪੁੱਛ ਰਿਹਾ ਵਾ ਮੈਨੂੰ ਉਹਦਾ ਆਨਸਰ ਦਿਓ ਮੈਨੂੰ, ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ। ਤੁਸੀਂ ਮੇਰੇ ਤੇ ਛੇੜਖਾਨੀ ਦਾ ਆਰੋਪ ਲਗਾ ਸਕਦੇ ਹੋ, ਲਗਾ ਦਿਓ। ਨੋ 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 ਮੈਡਮ, ਮੈਡਮ ਵਿਦ ਰਿਸਪੈਕਟ ਗੱਲ ਕਰ ਰਿਹਾ ਵਾ, ਮੈਨੂੰ ਮੇਰੀ ਗੱਲ ਦਾ ਜਵਾਬ ਦਿਓ। ਨੋ, ਮੈਂ ਤੁਹਾਡੇ ਪੈਰੀ ਹੱਥ ਲਗਾ ਦਿੰਦਾ ਵਾ। ਨੋ 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 ਨੋ, ਮੈਂ ਤੁਹਾਡੇ ਆ ਦੇਖੋ ਪੈਰੀ ਹੱਥ ਲਗਾ ਦਿੰਦਾ, ਮੈਨੂੰ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ 5th ਕਲਾਸ ਦੇ ਬੱਚਿਆਂ ਨੂੰ ਨੋ 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 ਨੋ, ਜਮਾਦਾਰ ਨਹੀਂ ਤਾਂ ਬੱਚਿਆਂ ਕੋ ਕੰਮ ਕਰਾਓਗੇ? ਬੱਚੇ, ਭੈਣ ਜੀ ਮੇਰੀ ਗੱਲ ਸੁਣੋ, 1.5 ਕਿਲੋਮੀਟਰ ਦੂਰ ਛੋਟੇ ਛੋਟੇ ਬੱਚਿਆਂ ਨੂੰ, ਨਹੀਂ ਭੈਣ ਜੀ ਮੇਰੀ ਗੱਲ ਸੁਣੋ, 1.5 ਕਿਲੋਮੀਟਰ ਦੂਰ ਛੋਟੇ ਛੋਟੇ ਬੱਚਿਆਂ ਨੂੰ ਕੂੜਾ ਚੁਕਾ ਕੇ ਭੇਜਿਆ ਜਾ ਰਿਹਾ। ਜਮਾਦਾਰ ਨਹੀਂ ਤਾਂ ਬੱਚਿਆਂ ਕੋ ਚੁਕਾਓਗੇ ਤੁਸੀਂ? ਨਹੀਂ, ਜਮਾਦਾਰ ਬੱਚਿਆਂ ਕੋ ਚੁਕਾਓਗੇ? ਨਹੀਂ ਨਹੀਂ, ਬੱਚਿਆਂ ਕੋ, ਇਹ ਛੋਟੇ ਛੋਟੇ ਬੱਚਿਆਂ ਕੋ ਤੁਸੀਂ ਕੂੜਾ ਚੁਕਾਓਗੇ? ਦੱਸੋ ਮੈਨੂੰ। ਨਹੀਂ, ਜਮਾਦਾਰ ਨਹੀਂ ਗਾ ਤੇ ਸਰਕਾਰ ਨੂੰ ਕਹੋ, ਆਪ ਚੱਕੋ, ਬੱਚਿਆਂ ਕੋ ਚੁਕਾਓਗੇ? ਤੇ ਫਿਰ ਬੱਚਿਆਂ ਨੂੰ ਕਾਹਨੂੰ ਕਾਂਡ ਦਿਓ ਚੁੱਕਣ ਨੂੰ? ਬੱਚੇ ਕਿਉਂ ਚੱਕਣ ਕੂੜਾ? ਬੱਚੇ ਕੂੜਾ ਕਿਉਂ ਚੱਕਣ? ਮੈਨੂੰ ਐਸੀ ਦਾ ਜਵਾਬ ਦਿਓ। ਜੇ ਆ ਬੱਚੇ ਤੇਰੇ ਹੁੰਦੇ ਸਰਦਾਰਾ, ਫਿਰ ਤੂੰ ਕੀ ਕਰਦਾ? ਤੇਰੇ ਪੜ੍ਹਦੇ ਆ, ਤੇਰੇ ਚੱਕਦੇ ਪਏ ਆ, ਤੇਰੇ ਚੱਕਦੇ ਪਏ ਆ। ਮੇਰੀ 12ਵੀਂ ਚ ਪੜ੍ਹਦੀ ਆ, ਮੇਰੀ ਤੂੰ ਗੱਲ ਸੁਣ, ਤੇਰੇ ਬੱਚੇ ਹੁੰਦੇ ਫਿਰ ਤੂੰ ਕੀ ਕਰਦਾ? ਉਹ ਮੇਰੇ ਬੱਚੇ ਨਹੀਂ ਹੈ, ਉਹ ਮੇਰੀ ਗੱਲ ਸੁਣ, ਇਹ ਮੇਰੇ ਬੱਚੇ ਨਹੀਂ ਗਏ, ਫਿਰ ਵੀ ਮੈਂ ਬੱਚਿਆਂ ਦਾ ਦਰਦ ਵੇਖਦਾ ਪਿਆ ਵਾ। ਤੂੰ ਕੀ ਕਰਦਾ ਪਿਆ? ਤੂੰ ਉਹਨਾਂ ਦੀ ਹਿਮਾਇਤ ਕਰਦਾ ਪਿਆ? ਤੀਸਰਾ ਨਹੀਂ, ਫਿਰ ਉਹਨਾਂ ਦਾ ਵਿਰੋਧ ਕਰ ਕਿ ਬੱਚਿਆਂ ਕੋਲੋਂ ਕੂੜਾ ਕਿਉਂ ਚੁਕਾਇਆ ਜਾ ਰਿਹਾ? ਉਸ ਚੀਜ਼ ਦਾ ਉਹ ਮੈਂ ਕਹਿੰਦਾ, ਮੈਂ ਉਹ ਟਿੱਬਿਆਂ ਦੇ ਕੋਲ, ਗਊਸ਼ਾਲਾ ਦੇ ਕੋਲ, ਇੱਕ ਮਿੰਟ, ਮੈਂ ਗਊਸ਼ਾਲਾ ਸਕੂਲ ਇੱਥੋਂ 1 ਕਿਲੋਮੀਟਰ ਹੈ ਗਊਸ਼ਾਲਾ ਦੇ, 15-15 ਕਿਲੋ ਦੀ ਬਾਲਟੀ, ਮੈਂ ਸਾਰੀ ਵੀਡੀਓ ਬਣਾਈ ਆ। ਇੱਕ ਮਿੰਟ, ਬੱਚੇ ਅੱਧਾ ਬਾਲਟੀ ਚੱਕ ਰਹੇ ਆ, ਕਮਾਲ ਕਰ ਰਹੇ ਹੋ ਯਾਰ ਤੁਸੀਂ, ਹੱਦ ਹੋ ਗਈ ਤੁਹਾਡੇ ਵਾਲੀ। ਮੈਡਮ ਮੈਡਮ ਆਪਣੇ ਸਿੱਖਿਆ ਅਧਿਕਾਰੀ ਦਾ ਨੰਬਰ ਦਿਓ, ਆਪਣੇ ਸਿੱਖਿਆ ਅਧਿਕਾਰੀ ਦਾ ਨੰਬਰ ਦਿਓ ਤੁਸੀਂ। ਤੁਸੀਂ ਕੀ ਐਕਸਕਿਊਜ਼ ਕਰਦੇ ਹੋ? ਦੱਸੋ ਦੱਸੋ, ਐਕਸਕਿਊਜ਼ ਦਿਓ। ਨਾ ਨਾ ਨਾ, ਜੋ ਹੋਏਗਾ ਜਨਤਾ ਦੀ ਕਚਹਿਰੀ ਚ ਹੋਏਗਾ। ਨੋ ਨੋ, ਇਹ ਜਨਤਾ ਦੀ ਕਚਹਿਰੀ ਆ ਮੈਡਮ, ਇਹ ਜਨਤਾ ਦੀ ਕਚਹਿਰੀ ਆ, ਇਹ ਜਨਤਾ ਦੀ ਕਚਹਿਰੀ ਆ, ਇਹ ਮੇਰੀ ਕਚਹਿਰੀ ਨਹੀਂ ਆ, ਇਹ ਜਨਤਾ ਦੀ ਕਚਹਿਰੀ ਆ। ਅਸੀਂ ਇਸ ਵੇਲੇ ਜਨਤਾ ਦੀ ਕਚਹਿਰੀ ਦੇ ਵਿੱਚ ਬੈਠੇ ਹੋਏ ਆ। ਨਹੀਂ, ਉਹ ਗੱਲ ਮੰਨੀ। ਜੇ ਬਜ਼ੁਰਗੋ, ਇਹ ਤੁਹਾਡੇ ਪੋਤਰੇ ਹੁੰਦੇ ਫਿਰ ਕੀ ਕਰਦੇ? ਮੇਰੇ ਪੋਤਰੇ ਹੀ ਪੜ੍ਹਦੇ। ਤੁਹਾਡੇ ਪੋਤਰੇ ਕਿਆ ਇੱਥੋਂ ਕੂੜਾ ਚੱਕ ਕੇ ਲੈ ਕੇ ਜਾਂਦੇ ਆ? ਨਹੀਂ, ਮਤਲਬ ਸਾਫ ਕਰਦੇ। ਇਹ ਜਨਤਾ ਦੀ ਕਚਹਿਰੀ ਚੱਲ ਰਹੀ ਆ, ਲਾਈਵ ਚੱਲ ਰਹੀ ਆ, ਹਾਂ ਇਹ ਲਾਈਵ ਚੱਲ ਰਹੀ ਆ। ਜੇ ਤੁਹਾਨੂੰ ਕੋਈ ਸਮੱਸਿਆ ਦੇ ਦੋ ਤੇ ਦੱਸੋ, ਜੇ ਤੁਸੀਂ ਚੋਰ ਹੋ ਤੇ ਤਾਂ ਕਹੋ ਬੰਦ ਕਰੋ। ਮੈਂ ਇੱਕ ਗੱਲ ਹੁਣ ਤੁਹਾਨੂੰ ਕਹਾਂਗਾ, ਵਾਰਨਿੰਗ ਦੇ ਕੇ ਚੱਲਿਆ ਵਾ, ਅੱਜ ਤੋਂ ਬਾਅਦ ਇਸ ਸਕੂਲ ਦੇ ਵਿੱਚ ਕਿਸੇ ਵੀ ਬੱਚੇ ਤੋਂ ਤੁਸੀਂ ਕੰਮ ਕਰਵਾਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਣਾ, ਇਹ ਮੈਂ ਤੁਹਾਨੂੰ ਦੱਸਦਾ। ਜੇ ਤੁਸੀਂ ਹਲੇ ਜਾਣਦੇ ਨਹੀਂ ਹਲੇ, ਇਹ ਬੱਚਿਆਂ ਲਈ ਆਪਾਂ ਕੁਛ ਵੀ ਕਰ ਦਿਆਂਗੇ, ਇਹ ਸਾਡੇ ਬੱਚੇ, ਸਾਡੇ ਦੇਸ਼ ਦਾ ਭਵਿੱਖ ਆ। ਮੈਡਮ ਸਵਿਤਾ, ਪੜ੍ਹੇ ਲਿਖੇ ਹੋ ਤੁਸੀਂ, ਤੁਹਾਨੂੰ ਸ਼ਰਮ ਨਹੀਂ ਚਾਹੀਦੀ ਆ? ਸ਼ਰਮ ਨਹੀਂ ਚਾਹੀਦੀ ਤੁਹਾਨੂੰ? ਆਪ ਆਪਣੇ ਬੱਚੇ ਤੁਸੀਂ ਪ੍ਰਾਈਵੇਟ ਵਧੀਆ ਸਕੂਲਾਂ ਪੜਾਉਂਦੇ ਹੋ, ਇੱਥੋਂ 40-40-50 ਹਜ਼ਾਰ ਰੁਪਇਆ ਤਨਖਾਹਾਂ ਲੈਂਦੇ ਹੋ ਤੇ ਇੱਥੋਂ ਦੇ ਬੱਚਿਆਂ ਨੂੰ ਤੁਸੀਂ ਕੂੜਾ ਚੁਕਵਾਉਂਦੇ ਹੋ? ਇੱਥੋਂ ਦੇ ਬੱਚਿਆਂ ਨੂੰ ਤੁਸੀਂ ਕੂੜਾ ਚੁਕਵਾਉਂਦੇ ਹੋ? ਵਾਹ, ਕੀ ਮਤਲਬ ਇਸ ਚੀਜ਼ ਦਾ? ਸ਼ਰਮ ਨੂੰ ਹੱਥ ਮਾਰੋ ਥੋੜੀ ਜੀ, ਤੁਸੀਂ ਅਕਲ ਕਰੋ ਥੋੜੀ ਜੀ। ਚਲੋ ਕੋਈ ਨਾ, ਆਪਾਂ ਕਹਿਤਾ ਇਹਨਾਂ ਨੂੰ, ਤੁਸੀਂ ਕੂੜੇ ਵਾਲਿਆਂ ਤੋਂ ਚੁਕਾਓ ਛੋਟੇ ਬੱਚੇ। ਮਾਤਾ ਜੀ ਮੇਰੀ ਗੱਲ ਸੁਣੋ, 5ਵੀਂ ਕਲਾਸ ਦਾ ਬੱਚੇ ਆ, ਮੈਂ ਉਹਨਾਂ ਨੂੰ ਇੱਥੋਂ ਗੱਡੀ ਤੋਂ ਜਾਂਦਾ ਜਾਂਦਾ ਮੈਂ ਉਹਦੀ ਵੀਡੀਓ ਬਣਾ ਰਿਹਾ ਵਾ। ਉਹ ਬੱਚੇ ਇੱਕ ਦੂਸਰੇ ਨੂੰ ਆਵਾਜ਼ ਦੇ ਕੇ ਪਤਾ ਕੀ ਕਹਿ ਰਹੇ ਆ? ਯਾਰ ਮੇਰੇ ਕੋਲ ਚੱਕੀ ਨਹੀਂ ਜਾਂਦੀ, ਮੇਰੇ ਨਾਲ ਹੱਥ ਲਵਾ ਦੇ। ਇਹ ਬੱਚਿਆਂ ਦਾ ਮੇਰੇ